ਹਲਕਾ ਬਲਾਚੌਰ ਵਿੱਚ ਸੁਖਬੀਰ ਸਿੰਘ ਬਾਦਲ ਦੀ ਹੋਈ ਰੈਲੀ, ਜਿਸ ਰੈਲੀ ਵਿੱਚ ਭਾਜਪਾ ਅਤੇ ਅਕਾਲੀ ਦਲ ਦੇ ਵੱਖ ਵੱਖ ਲੀਡਰ ਮੌਜੂਦ ਰਹੇ। ਇਸ ਰੈਲੀ ਵਿੱਚ ਦੇਖਣ ਲਾਇਕ ਗੱਲ ਸੀ ਕਿ ਅਕਾਲੀ ਦਲ ਵੱਲੋਂ ਭਾਜਪਾ ਦੇ ਵਰਕਰਾਂ ਨੂੰ ਨਾ ਹੀ ਕੋਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਜਦੋਂ ਬੀਜੇਪੀ ਯੁਵਾ ਮੋਰਚਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਹਲਕਾ ਬਲਾਚੌਰ ਦੇ ਯੁਵਾ ਪ੍ਰਧਾਨ ਰਾਹੁਲ ਅਦਵਾਣਾ ਅਤੇ ਯੁਵਾ ਸੈਕਟਰੀ ਗੁਲਸ਼ਨ ਬਾਗੜੀ ਅਤੇ ਹੋਰ ਵੱਖ ਵੱਖ ਲੀਡਰਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬੀਜੇਪੀ ਨਾਲ ਚੰਗਾ ਵਰਤਾਵ ਨਹੀਂ ਕਰ ਰਹੀ ਅਤੇ ਉਹਨਾਂ ਨੇ ਕਿਹਾ ਕਿ ਅਗਰ ਅਜਿਹਾ ਹੀ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਲਾਚੌਰ ਯੁਵਾ ਮੋਰਚਾ ਦੇ ਪ੍ਰਧਾਨ ਰਾਹੁਲ ਅਦਵਾਣਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਆਪਣੇ ਪਾਰਟੀ ਦੀ ਬੇਇੱਜ਼ਤੀ ਨਹੀਂ ਸਹਿਣ ਕਰ ਸਕਦੇ ਅਤੇ ਉਹਨਾਂ ਨੇ ਯੁਵਾ ਮੋਰਚਾ ਵੱਲੋਂ ਬਲਾਚੌਰ ਵਿੱਚ ਕਾਫੀ ਵੱਡੀ ਭੂਮਿਕਾ ਨਿਭਾਈ ਹੈ।